ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਰਨ ਤਾਰਨ ਸਾਹਿਬ ਵਿਖੇ ਗੁਰਦੁਆਰਾ ਕੀਰਤਨ ਕਰਕੇ ਤੇ ਗੋਇੰਦਵਾਲ ਸਾਹਿਬ ਨੂੰ ਲੰਘ ਰਹੇ ਹਾਂ। ਆ ਸ਼ੇਰ ਸ਼ਾਹ ਸੂਰੀ ਮਾਰਗ ਆ ਜਿਹੜਾ ਲਾਹੌਰ ਦਿੱਲੀ ਕਲਕੱਤੇ ਤੱਕ ਜਾਣ ਵਾਲਾ। ਇਸ ਰਾਹ ਤੋਂ ਗੁਰੂ ਸਾਹਿਬ ਵਿਚਰਦੇ ਰਹੇ ਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਸਾਹਿਬਾਨ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਮਹਾਰਾਜ। ਆਹ ਜਿਹੜੀ ਜਗ੍ਹਾ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦੀ ਹੈ, ਉਹਨਾਂ ਦੇ ਖਾਨਦਾਨ ਅੱਗੇ ਰਹੀ। ਉਦੋਂ ਬਾਅਦ ਇਹ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਦੇ ਦਿੱਤੀ ਗਈ। ਹੁਣ ਇੱਥੇ ਸੜਕ ਦੇ ਚੱਕਰ ਨੂੰ ਲੈ ਕੇ ਭਾਵੇਂ ਸਾਡੇ ਰੋਜ਼ ਪੌਣ ਗੁਰੂ ਦਾ ਹੋਕਾ ਦਿੱਤਾ ਜਾਂਦਾ ਹੈ ਕਿ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਸੰਗਤ ਜੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਪੰਜਾਬ ਬਚਾ ਲਓ, ਪੰਜਾਬ ਬਚਾ ਲਓ। ਪੰਜਾਬ ਦੇ ਲੀਡਰ, ਪੰਜਾਬ ਦੇ ਬਾਬੇ ਸਭ ਬੇਈਮਾਨ ਹੋ ਗਏ ਆ। ਆ ਕਿੰਨੇ ਪੁਰਾਣੇ ਬੋਰਡ ਨੇ, ਸਾਡੇ ਕੋਲ ਰਿਹਾ ਨਹੀਂ ਗਿਆ। ਆ ਜਿਨ੍ਹਾਂ 'ਤੇ ਕਵਾੜਾ ਫੇਰ ਦਿੱਤਾ ਦੇਖ ਲਓ, ਇਹ ਬੋਰਡ ਪਿੱਪਲ ਜਾਮਨੂ ਸਾਹਿਬ, ਜੰਡ ਸਾਹਿਬ, ਨਿੰਮ ਸਾਹਿਬ, ਸਾਡੇ ਗੁਰੂ ਕੇ ਬਾਗ, ਜਿਹੜੇ ਸਾਨੂੰ ਛਾਂ ਵੀ ਦਿੰਦੇ ਆ, ਸਾਹ ਵੀ ਦਿੰਦੇ ਆ, ਫਲ ਫੁੱਲ ਵੀ ਦਿੰਦੇ ਆ, ਮੰਜਾ ਪੀੜਾ ਵੀ ਦਿੰਦੇ ਆ, ਅਤੇ ਮਰਨ ਵੇਲੇ 2.5 ਕੁਇੰਟਲ ਦਿੰਦੇ ਆ। ਇਹਨਾਂ ਨੂੰ ਕਿੰਨਾ ਸਮਾਂ ਲੱਗਿਆ, ਇਹਨੂੰ ਪੁੱਤਾਂ ਵਾਂਗੂ ਪਾਲਿਆ ਇੱਥੋਂ ਦੇ ਲੋਕਾਂ ਨੇ। ਹੁਣ ਵੀ ਭਾਈ ਸਾਹਿਬ ਦੱਸ ਰਹੇ ਸੀ ਕਿ ਅਸੀਂ ਆ ਖੜਾ ਬਣਾਇਆ, ਅਤੇ ਚਾਹੁੰਦੇ ਬਾਬਾ ਸੁੱਖਾ ਸਿੰਘ ਹੋਣੀ ਤਾਂ ਇਸ ਨੂੰ ਬਚਾ ਸਕਦੇ ਸੀਗੇ, ਇਹਨੂੰ ਬਚਾਇਆ ਜਾ ਸਕਦਾ ਸੀ ਇਹਨਾਂ ਦਰਖਤਾਂ ਨੂੰ, ਇਹ ਜਿੰਦ ਜਾਨ ਨੇ। ਅਤੇ ਕਰੋਨੇ ਦੇ ਨਾਂ ਹੇਠ ਕਿੰਨੇ ਬੰਦੇ ਮਰੇ, 5G 6G 7G, ਅੱਗੇ ਆਉਣ ਵਾਲੇ ਸਮੇਂ 'ਚ ਕੰਮ ਹੋਣਾ ਹੈ, ਅਤੇ ਸਾਨੂੰ ਜੇ ਕੋਈ ਬਚਾ ਸਕਦਾ ਆ ਤਾਂ ਕੇਵਲ ਇਹ ਪਿੱਪਲ ਬੋਰਡ ਹੀ ਸਾਡਾ ਸਰਮਾਇਆ ਹੈ ਜਿਹੜੇ ਸਾਨੂੰ ਬਚਾ ਸਕਦੇ ਆ। ਅੱਜ ਚੁਣ ਚੁਣ ਕੇ ਵੱਢੇ ਜਾ ਰਹੇ ਨੇ ਪੰਜਾਬ ਦੀ ਧਰਤੀ ਤੋਂ, ਅਤੇ ਪੌਣ ਗੁਰੂ ਪੜ੍ਹਨ ਵਾਲੇ, ਚਾਹੇ ਉਹ ਮਹਾਂਪੁਰਸ਼ ਹੋਣ, ਚਾਹੇ ਉਹ ਪੰਜਾਬ ਦੇ ਬਛਿੰਦੇ ਹੋਣ, ਗੁਰੂ ਨਾਨਕ ਨਾਮ ਲੇਵਾ ਸਿੱਖ ਹੋਣ, ਬੇਨਤੀ ਕਰਾਂਗਾ ਪੌਣ ਗੁਰੂ ਪੜ੍ਹਦੇ ਜ਼ਰੂਰ ਹੋ, ਇਹਦੇ 'ਤੇ ਪਹਿਰਾ ਵੀ ਦਿਓ ਕਿ ਆਹ ਜਿਹੜੇ ਪੁੱਤਾਂ ਵਾਂਗੂ ਸਾਡੇ ਬਜ਼ੁਰਗਾਂ ਨੇ ਰੁੱਖ ਪਾਲੇ ਹੋਏ ਸਨ, ਇਹਨਾਂ 'ਤੇ ਕਵਾੜਾ ਫੇਰੋਗੇ, ਇਹਨਾਂ ਦੀਆਂ ਜੜ੍ਹਾਂ ਪੁੱਟੋਗੇ ਅਤੇ ਫਿਰ ਤੁਹਾਡੀਆਂ ਜੜ੍ਹਾਂ ਕਦੇ ਵੀ ਕੋਈ ਬਚਾ ਨਹੀਂ ਸਕੂਗਾ। ਪੈਸਾ, ਸ਼ੋਹਰਤ, ਚੌਧਰ, 4 ਕੁ ਦਿਨਾਂ ਦੀ ਇਹ ਗੱਲ ਆ, ਪਰ ਆਹ ਜਿਹੜੇ ਨੇ ਇਹਨਾਂ 'ਤੇ ਪੁਸ਼ਤਾਂ ਤੱਕ ਛਾਂ ਦਿੱਤੀ, ਅਤੇ ਗਾਂ ਵੀ ਛਾਂ ਦੇਣੀ ਸੀ। ਗੁਰੂ ਕੇ ਬਾਗ ਗੁਰਦੁਆਰਿਆਂ 'ਚੋਂ ਵੱਢ ਦਿੱਤੇ ਆ, ਸੜਕਾਂ 'ਤੇ ਜਿਹੜੇ ਬਚੇ ਸੀ ਉਹਨਾਂ ਨੂੰ ਆਹ ਦੇਖੋ ਕਿਵੇਂ ਉਜਾੜਿਆ ਜਾ ਰਿਹਾ ਹੈ। ਪੰਜਾਬ ਵਾਸੀਓ, ਬਚਾ ਸਕਦੇ ਹੋ ਅਤੇ ਤਗੜੇ ਹੋ ਕੇ ਗੁਰਾਂ ਦੇ ਨਾਂ 'ਤੇ ਵਸਣ ਵਾਲੇ ਪੰਜਾਬ ਨੂੰ ਬਚਾ ਲਓ। ਜਿਵੇਂ ਇਹ ਦਰਖਤ ਪਰਉਪਕਾਰੀ ਨੇ, ਤਿਵੇਂ ਪੰਜਾਬ ਦਾ ਵੀ ਸੁਭਾਅ ਸੀ ਛਾਂ ਦੇਣੀ, ਸਾਹ ਦੇਣਾ, ਮੰਜਾ ਪੀੜਾ ਦੇਣਾ, ਫਲ ਅਤੇ ਫੁੱਲ ਦੇਣੇ, ਅਤੇ ਮਰਨ ਵੇਲੇ ਆਪਣੀ ਗੋਦ ਵੀ ਦੇਣੀ ਅਤੇ 2.5 ਕੁਇੰਟਲ ਵੀ ਦੇਣਾ। ਪੰਜਾਬ 'ਤੇ ਇਹਨਾਂ ਰੁੱਖਾਂ ਦਾ ਸੁਭਾਅ ਸੀਗਾ ਜਿਹੜੇ ਅੱਜ ਸਾਡੇ ਬੋਹੜ ਸਾਹਿਬ ਵਿਛਾ ਦਿੱਤੇ ਨੇ। ਮਰਜ਼ੀ ਹੈ ਤੁਹਾਡੀ, ਹੋ ਸਕਦਾ ਕਈ ਇੱਥੇ ਕਈ ਤਰ੍ਹਾਂ ਦੇ ਕਮੈਂਟ ਕਰਨ, ਉੱਠਾ ਸਿੱਧਾ ਵੀ ਬੋਲਣ, ਪਰ ਪਰਵਾਹ ਨਹੀਂ। ਜਿੰਨਾ ਚਿਰ ਜਿਉਂਦੇ ਹੈ ਸੁਚੇਤ ਕਰਦੇ ਰਹਾਂਗੇ, ਲਾਗੋ ਲੰਘ ਰਹੇ ਸਾਂ। ਇਹਨਾਂ ਬੋਹੜਾਂ ਦੀ ਛਾਵੇਂ ਬਹਿ ਬਹਿ ਕੇ ਅਸੀਂ ਆਉਂਦੇ ਜਾਂਦੇ ਇੱਥੇ ਰੁਕਦੇ ਰਹੇ ਹਾਂ, ਫਾਟਕ ਦੇ ਨਾਲ ਹੀ ਇੱਥੇ ਲਾਗੇ ਪੈਂਦੇ ਆ, ਅਤੇ ਅੱਜ ਜਦੋਂ ਇਹ ਵੱਡੇ ਵੇਖੇ ਤਾਂ ਬੜਾ ਮਨ ਨੂੰ ਦੁੱਖ ਹੋਇਆ।
ਤੇ ਮੈਂ ਬੇਨਤੀ ਕਰਾਂਗਾ ਹੋਰ ਵੀ ਜਿੱਥੇ ਜਿੱਥੇ ਹੈ ਜਿਹੜੇ ਸਾਡੇ ਮਹਾਂਪੁਰਸ਼ ਨੇ ਵੀ ਕਿਰਪਾ ਕਰਕੇ ਇਹਨਾਂ ਨੂੰ ਬਚਾ ਲਿਆ ਜਾਏ, ਇਹ ਤੁਹਾਡੇ ਕਹਿਣ ਤੇ ਬਚ ਸਕਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।